ਪਹਿਲਾਂ ਆਪਾਂ ਗੱਲ ਕਰ ਲਈਏ ਕਿਸਾਨਾਂ ਵਾਲੀ ਜਿਹੜੀ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਇਹ ਇੱਕ ਗਰੁੱਪ ਹੈ ਇੱਕ ਸੋਚ ਹੈ ਮੈਂ ਉਹਦੇ ਵੀ ਵੀਡੀਓ ਬਣਾ ਕੇ ਕਿਹਾ ਕਿ ਇਹ ਹਰ ਥਾਂ ਦੇ ਉੱਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਭਟਕਦੀਆਂ ਹਰ ਥਾਂ ਜਿੱਥੇ ਕਿਤੇ ਵੀ ਤੁਸੀਂ ਵੇਖੋਗੇ ਇਹਨਾਂ ਦੀਆਂ ਭਾਵਨਾਵਾਂ ਸਾਡਾ ਜੀ ਨਿਸ਼ਾਨ ਸਾਹਿਬ ਅੱਗੇ ਕਰਨੇ ਸੀ ਖੇਤੀ ਵਾਲਾ ਝੰਡਾ ਪਿੱਛੇ ਕਰਤਾ ਅੱਗੇ ਉਕਰੋ ਇਹਨੂੰ ਇਹ ਸਾਡਾ ਅੱਗੇ ਲਾਣਾ ਸੀ ਇਹਨਾਂ ਦੀਆਂ ਭਾਵਨਾਵਾਂ ਭਟਕ ਜਾਂਦੀਆਂ ਬੜੀ ਛੇਤੀ ਇਹ ਲੋਕ ਉਹ ਨੇ ਜਿਹੜੇ ਜਜ਼ਬਾਤੀ ਹੋ ਕੇ ਜ਼ਿੰਦਗੀ ਜੀਂਦੇ ਆ ਤੇ ਤੁਹਾਨੂੰ ਫੈਸਲੇ ਲੈਣੇ ਪੈਣਗੇ ਦਿਮਾਗ ਨਾਲ ਤੁਹਾਨੂੰ ਫੈਸਲੇ ਲੈਣੇ ਪੈਣਗੇ ਅਕਲ ਨਾਲ ਆਪਣਾ ਦਿਮਾਗ ਵਰਤਣਾ ਪੈਣਾ ਪਰ ਆ ਹੁਣ ਅੱਜ ਕੱਲ ਜਿਹੜਾ ਹੋ ਰਿਹਾ ਨਾ ਜੋ ਕਿਸਾਨੀ ਮਸਲੇ ਦੇ ਵਿੱਚ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਸਰਕਾਰਾਂ ਧੱਕਾ ਕਰਦੀਆਂ ਰਹੀਆਂ ਨੇ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਣਾ ਉਹ ਤੁਹਾਨੂੰ ਬਦਨਾਮ ਕਰਨਾ ਚਾਹੁੰਦੇ ਐ ਪਰ ਮੌਕਾ ਨਾ ਦੇ ਦਿਓ ਕਿਤੇ ਇੱਕ ਝੰਡੇ ਵਾਲੀ ਗੱਲ ਹੋ ਗਈ ਹੁਣ ਤੱਕ ਸਫਾਈਆਂ ਨਹੀਂ ਦੇ ਰਹੇ ਅਸੀਂ ਨਿਸ਼ਾਨ ਵਾਲੀ ਨਿਸ਼ਾਨ ਸਾਹਿਬ ਵਾਲੀ ਗੱਲ ਹੋਈ ਨਾ ਵੀ ਕੇਸਰੀ ਨਿਸ਼ਾਨ ਲਾਤਾ ਇਹਦੀਆਂ ਸਫਾਈਆਂ ਹੀ ਦੇ ਰਹੀਆਂ ਜਥੇਬੰਦੀਆਂ ਬਾਰ ਬਾਰ ਅਸੀਂ ਨਹੀਂ ਸੀ ਸਾਡੇ ਨਹੀਂ ਸੀ ਇਹ ਕਿਉਂਕਿ ਉਹ ਚਾਹੁੰਦੇ ਐ ਕਿ ਤੁਸੀਂ ਕੁਝ ਕਰੋ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬਦਨਾਮ ਕਰੀਏ ਇਹ ਚਾਹੁੰਦੇ ਐ ਤੇ ਜਿਹੜੇ ਗਰੁੱਪ ਨੇ ਜੇ ਕੋਈ ਵਧੀਆ ਬੰਦਾ ਇੱਥੇ ਲਿਖਣ ਲੱਗਦਾ ਹੈ ਉਦੋਂ ਇਹ ਗਰੁੱਪ ਆ ਜਾਂਦਾ ਹੈ ਰੌਲਾ ਪਾਉਣ ਵਾਸਤੇ ਹਾਏ ਸਾਡੀਆਂ ਭਾਵਨਾਵਾਂ ਭਟਕਦੀਆਂ ਤੇ ਇਹਨਾਂ ਨੇ ਬੜੇ ਲਖਾਰੀਆਂ ਦਾ ਕਤਲ ਕਰਤਾ ਮਾਰਤਾ ਜੇ ਕੋਈ ਬੰਦਾ ਮੈਂ ਪ੍ਰਚਾਰ ਕਰਨ ਦੀ ਗੱਲ ਕਰਦਾ ਹੋਰ ਪ੍ਰਚਾਰਕ ਆਉਣਗੇ ਜਿਨ੍ਹਾਂ ਨੇ ਗੱਲ ਮਾੜੀ ਜੀ ਕੀਤੀ ਵਧੀਆ ਵੀ ਤੁਸੀਂ ਐਂ ਕਰੋ ਇਹ ਕਿਹਨੇ ਸਾਡੀਆਂ ਭਾਵਨਾਵਾਂ ਭਟਕਦੀਆਂ ਨੇ ਦੀਵਾਨ ਲੱਗੇ ਨੇ ਮਲੇਰਕੋਟਲੇ ਦੀਵਾਨ ਲੱਗੇ ਨੇ ਪਟਿਆਲੇ ਦੀਵਾਨ ਲੱਗੇ ਨੇ ਸਮਾਣੇ ਅੰਮ੍ਰਿਤਸਰ ਵਾਲੇ 50 ਕੁ ਬੰਦਿਆਂ ਦੀਆਂ ਭਾਵਨਾਵਾਂ ਭਟਕ ਜਾਂਦੀਆਂ ਨੇ ਤੇ ਜਿਹੜਾ 50,000 ਹੈ ਉਹਨਾਂ ਦੀ ਕੋਈ ਭਾਵਨਾ ਨਹੀਂ ਉਹਨਾਂ ਦਾ ਦਿਲ ਨਹੀਂ ਉਹਨਾਂ ਦੇ ਅੰਦਰ ਨਹੀਂ ਜੀ ਕਰਦਾ ਵੀ ਪ੍ਰੋਗਰਾਮ ਹੋਣੇ ਚਾਹੀਦੇ ਪਰ ਭਾਵਨਾਵਾਂ ਭਟਕਣ ਵਾਲੇ ਹਰ ਥਾਂ ਤੇ ਆ ਜਾਂਦੇ ਇਹ ਜਜ਼ਬਾਤੀ ਹੈ ਇਹ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ ਆ ਤੇ ਹਰ ਜਗ੍ਹਾ ਗਲੇ ਦੀ ਹੱਡੀ ਇਦਾਂ ਦੇ ਲੋਕ ਬਣਦੇ ਨੇ ਤੇ ਜਿਹੜੀ ਗਲੇ ਦੀ ਹੱਡੀ ਸਾਡੀ ਬਣੇ ਹੋਏ ਸੀ 5 ਸਾਲਾਂ ਤੋਂ ਸੱਚ ਇਹ ਹੈ ਅੱਜ ਉਹੀ ਲੋਕ ਕਿਸਾਨਾਂ ਆਗੂਆਂ ਦੇ ਗਲੇ ਦੀ ਹੱਡੀ ਬਣੇ ਹੈ ਇਹਨੂੰ ਬੈਕ ਵੇਖਿਓ ਇਹਨੂੰ ਪਿੱਛੇ ਜਾ ਕੇ ਵੇਖਿਓ ਉਹੀ ਲੋਕ ਹੈ ਤੁਸੀਂ ਕਹੋਗੇ ਉਹ ਤੇ ਝੋਲਿਆਂ ਵਾਲੇ ਸੀ ਇਹ ਤੇ ਪੈਂਟਾਂ ਵਾਲੇ ਐ ਉਹ ਨਹੀਂ ਭਾਈ ਸੋਚ ਇਹਨਾਂ ਦੀ ਸੇਮ ਹੈ ਇਹ ਗਰਮ ਖਿਆਲੀ ਹੈ ਇਹ ਮਰਜੋ ਮਾਰ ਦਿਓ ਨੂੰ ਠੀਕ ਮੰਨਦੇ ਐ ਇਹ ਵੱਡ ਟੁੱਕ ਨੂੰ ਠੀਕ ਮੰਨਦੇ ਐ ਇਹ ਉਹ ਲੋਕ ਹੈ ਜਿਹੜੇ ਲੋਕਾਂ ਤੋਂ ਅਸੀਂ ਪਿਛਲੇ ਸਾਲਾਂ ਤੋਂ ਤੰਗ ਆ ਅੱਜ ਕਿਸਾਨ ਉਹਨਾਂ ਤੋਂ ਤੰਗ ਨੇ ਤੇ ਚੇਤਾ ਰੱਖ ਲਿਓ ਇਸ ਵਾਰੀ ਨਾ ਲਾਓ ਸਾਡੇ ਵਾਰੀ ਤੇ ਅਸੀਂ ਤੇ ਲਾਹ ਕੀ ਲੈਣਾ ਇਹਨਾਂ ਨੂੰ ਅਸੀਂ ਕੀ ਲਾਹ ਦੇਵਾਂਗੇ ਸਿਰ ਤੋਂ ਅਸੀਂ ਆਪਣੇ ਸਿਰ ਤੋਂ ਲਾਹਤਾ ਪਰ ਸਿੱਖਾਂ ਦੇ ਸਿਰ ਤੋਂ ਨਹੀਂ ਅਸੀਂ ਲਾਹ ਸਕਦੇ ਇਹਨਾਂ ਨੂੰ ਲੋਕਾਂ ਨੇ ਸਿਰ ਤੇ ਪਾਇਆ ਪਰ ਅਸੀਂ ਲਾਹਤਾ ਆਪਣੇ ਸਿਰ ਤੋਂ ਲਾਹਤਾ ਸਿੱਖਾਂ ਨੇ ਨਹੀਂ ਲਾਇਆ ਅਸੀਂ ਵੀ ਭੁਗਤਿਆ ਹੁਣ ਕਿਸਾਨ ਭੁਗਤਣਗੇ ਅੱਜ ਕੱਲ੍ਹ ਪੋਸਟਾਂ ਵੇਖ ਲਓ ਜਿਹੜੇ ਬੰਦੇ ਉਹ ਝੰਡੇ ਵਾਲਿਆਂ ਲਾਉਣ ਵਾਲਿਆਂ ਦੇ ਹੱਕ 'ਚ ਨੇ ਉਹ ਕਿਸਾਨ ਆਗੂਆਂ ਨੂੰ ਗਦਾਰ ਕਹਿ ਰਹੇ ਆ ਇਹ ਗਦਾਰ ਨੇ ਐ ਕਹਿੰਦੇ ਬਲਵੀਰ ਸਿੰਘ ਵਰਗੇ ਗਦਾਰ ਐਦਾਂ ਬੋਲਦੇ ਆ ਗਦਾਰ ਬੰਦੇ ਨੇ ਉਹ ਐਦਾਂ ਬੋਲਦੇ ਆ 6-6 ਮਹੀਨਿਆਂ ਦੇ 40-40 ਸਾਲਾਂ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਉਹਨਾਂ ਨੂੰ ਗਦਾਰ ਕਹਿਣ ਲੱਗ ਪਏ ਤੇ ਕਹਿਣਾ ਹੀ ਆ ਉਹਨਾਂ ਨੇ ਉਹ ਲੋਕ ਹੀ ਐਦਾਂ ਦੇ ਤੇ ਜੇ ਅਸੀਂ ਸਿਰ ਤੋਂ ਨਾ ਇਹਨਾਂ ਨੂੰ ਲਾਇਆ ਤੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਕੋਈ ਵੀ ਮੂਵਮੈਂਟ ਸ਼ੁਰੂ ਕਰਨੀ ਹੈ ਜ਼ੋਰ ਲੱਗ ਜਾਣਾ ਸਾਰਾ ਇਹਨਾਂ ਨੇ ਵਿੱਚ ਵੜ ਕੇ ਜਾ ਕੇ ਫੇਰ ਉਦਾਂ ਹੀ ਕਰ ਦੇਣਾ ਕਰਨਗੇ ਇਹ ਭੁਗਤਣਗੇ ਸਾਰੇ ਥੋੜੇ ਜਿਹੇ ਬੰਦੇ ਕਰਨਗੇ ਤਾਂ ਕਰਕੇ ਸ਼ਾਂਤੀ ਰੱਖਣੀ ਪੈਣੀ ਹੈ ਅਸੀਂ ਕਹਿੰਦੇ ਆ ਨਾ ਭਾਈ ਚੇਤਾ ਰੱਖਿਓ ਸਾਡਾ ਅੱਜ ਗੋਦੀ ਮੀਡੀਆ ਸ਼ਬਦ ਵਰਤਿਆ ਜਾਂਦਾ ਉਹਨੂੰ ਵੇਖ ਕੇ ਤੇ ਸੱਚੀ ਮਨ ਬੜਾ ਦੁਖੀ ਹੁੰਦਾ ਕੱਲ ਮੈਂ ਵੀ ਨੋਟ ਕਰਦਾ ਸੀ ਉਹ ਰਿਹਾਨਾ ਬਣਾਤਾ ਉਹਦਾ ਨਾਮ ਹੁਣ ਚਲੋ ਉਹ ਇੱਕ ਲੜਕੀ ਗਾਉਣ ਵਾਲੀ ਹੈ ਕੁੜੀ ਬਾਹਰ ਬਹੁਤ ਫੇਮਸ ਹੈ ਤੇ ਉਹਨੇ ਟਵੀਟ ਕਰ ਦਿੱਤਾ ਕਿਸਾਨਾਂ ਬਾਰੇ ਤੇ ਪਹੁੰਚ ਜਦੋਂ ਪਹੁੰਚ ਦੀ ਗੱਲ ਕਰਦੇ ਆ ਨਾ ਵੱਡੇ ਵੱਡੇ ਐਕਟਰਾਂ ਨੇ ਟਵੀਟ ਕੀਤੇ ਫਟਾਫਟ ਆ ਜੀ ਅਜੇ ਦੇਵਗਨ ਕਰ ਰਿਹਾ ਆ ਜੀ ਅਕਸ਼ੇ ਕੁਮਾਰ ਕਰ ਰਿਹਾ ਆ ਜੀ ਕਰਨ ਜੌਹਰ ਕਰ ਰਿਹਾ
ਇੱਥੇ ਤੱਕ ਕਿ ਸਚਨ ਵਰਗੇ ਖਿਡਾਰੀਆਂ ਦੇ ਵੀ ਟਵੀਟ ਆਏ ਤੇ ਲਤਾ ਮੰਗੇਸ਼ਕਰ ਵਰਗੀ ਗਾਇਕਾ ਦੇ ਵੀ ਟਵੀਟ ਆਏ ਐਡੀ ਪਹੁੰਚ ਆਉਂਦੀ ਇਹ ਟਵੀਟ ਆਏ ਨਹੀਂ ਟਵੀਟ ਲਿਆਂਦੇ ਗਏ ਐ ਟਵੀਟ ਕਰਵਾਏ ਗਏ ਐ ਉਹਨਾਂ ਦੀ ਤਾਕਤ ਵੇਖੋ ਉਹਨਾਂ ਨੂੰ ਲੱਗਿਆ ਕਿ ਇਹ ਤੇ ਹਾਈ ਲੈਵਲ ਤੇ ਚਲੇ ਜਾਣੀ ਹੈ ਗੱਲ ਤੇ ਜਿੰਨੂੰ ਜਿੰਨੂੰ ਮੈਸੇਜ ਚਲੇ ਗਏ ਹੁਣ ਲਤਾ ਮੰਗੇਸ਼ਕਰ ਵਰਗੀ ਜਿਹਦੀ ਉਮਰ 90 ਸਾਲ ਹੋਣ ਵਾਲੀ ਹੈ ਉਹ ਆਪ ਟਵੀਟ ਕਰਦੀ ਕਿਤੇ ਨਹੀਂ ਇਹ ਟਵੀਟ ਅਕਾਊਂਟ ਉਹਦਾ ਹੈ ਕਰਵਾਇਆ ਜਾ ਰਿਹਾ ਹੈ ਲਖਵਾਇਆ ਜਾ ਰਿਹਾ ਨਿਰਪੱਖ ਹੋਵੋ ਜਿਹੜਾ ਬੰਦਾ ਇਹ ਕਹਿੰਦਾ ਹੁੰਦਾ ਨਾ ਖਤਰਨਾਕ ਬਹੁਤ ਹੈ ਸੁਣਿਓ ਧਿਆਨ ਨਾਲ ਜਿਹੜਾ ਇਹ ਨਹੀਂ ਕਹਿੰਦਾ ਹੁੰਦਾ ਮੈਂ ਨਿਰਪੱਖ ਹਾਂ ਨਾ ਸੀ ਉਧਰ ਨਾ ਸੀ ਮਿਲ ਬੈਠ ਕੇ ਫੈਸਲਾ ਕਰ ਲੋ ਇਹ ਬੰਦੇ ਬਹੁਤ ਵਿਗੜੇ ਹੋਏ ਹੁੰਦੇ ਨੇ ਇਹ ਲੋਕਾਂ ਦੇ ਦਿਮਾਗ 'ਚ ਇਹ ਪਾਉਂਦੇ ਨੇ ਕਿੱਡਾ ਸਿਆਣਾ ਸਾਂਝੀ ਗੱਲ ਕਰਦਾ ਸਾਂਝੀ ਗੱਲ ਕਰਦਾ ਨੋਟ ਕਰੋ ਹਾਥੀ ਨੇ ਚੂਹੇ ਦੀ ਪੂਛ ਦੱਬੀ ਹੋਈ ਹੈ ਤੇ ਬੰਦਾ ਖੜ ਕੇ ਪਤਾ ਕੀ ਕਹਿੰਦਾ ਫੈਸਲਾ ਕਰ ਲੋ ਨਿਰਪੱਖ ਹਾਂ ਮੈਂ ਤੇ ਕਰ ਲੋ ਗੱਲ ਹਾਥੀ ਨੇ ਚੂਹੇ ਦੀ ਪੂਛ ਤੇ ਪੈਰ ਰੱਖਿਆ ਹੋਇਆ ਤੇ ਚੂਹਾ ਕਹੇਗਾ ਵੀ ਬੜਾ ਕਮਾਲ ਦਾ ਫੈਸਲਾ ਕੀਤਾ ਤੂੰ ਆ ਬਹੁਤ ਵਧੀਆ ਨਿਰਪੱਖ ਬਹੁਤ ਹੈ ਤੂੰ ਤੂੰ ਤੇ ਬੜਾ ਵਧੀਆ ਉਹਦੇ ਪੈਰ ਉਹਦੀ ਪੂਛ ਤੇ ਪੈਰ ਰੱਖ ਕੇ ਬੈਠਾ ਹਾਥੀ ਇਹ ਸਭ ਤੋਂ ਖਤਰਨਾਕ ਬੰਦੇ ਹੁੰਦੇ ਆ ਇਹਨਾਂ ਨੇ ਸਹੀ ਫੈਸਲਾ ਨਹੀਂ ਕਰਨਾ ਅਸਲ 'ਚ ਇਹ ਉਹ ਜਿਹੜਾ ਕਹਿੰਦਾ ਨਾ ਮੈਂ ਉਧਰ ਨਾ ਮੈਂ ਉਧਰ ਆਪਸ 'ਚ ਫੈਸਲਾ ਕਰੋ ਇਹਦੇ ਨਾਲ ਰੌਲਾ ਪੈ ਰਿਹਾ ਇਹਦਾ ਮਤਲਬ ਇਹ ਹਾਥੀ ਦੇ ਹੱਕ 'ਚ ਹੈ ਇਹ ਹਾਥੀ ਦੇ ਹੱਕ 'ਚ ਹੈ ਜਿਹੜਾ ਕਹਿੰਦਾ ਸਾਡਾ ਅੰਦਰੂਨੀ ਫੈਸਲਾ ਸੀ ਆਪੇ ਨਿਬੇੜ ਲਾਂਗੇ ਇਹਦਾ ਮਤਲਬ ਇਹ ਹੈ ਇਹ ਲੋਕ ਉਹ ਨੇ ਜਿਹੜੇ ਵੱਡੀ ਧਿਰ ਦੇ ਹੱਕ 'ਚ ਨੇ ਖਤਮ ਕਰੋ ਜੀ ਝਗੜਾ ਉਹਨਾਂ ਨੇ ਠੋਕ ਕੇ ਸਟੇਟਮੈਂਟ ਨਹੀਂ ਦੇਣੀ ਆ ਗਲਤ ਹੈ ਤੁਹਾਨੂੰ ਆ ਨਹੀਂ ਕਹਿਣਾ ਚਾਹੀਦਾ ਸੀ ਪਰ ਹੁਣ ਇੱਕ ਗੱਲ ਵੇਖੋ ਮੀਡੀਆ ਮੈਂ ਰੋਜ਼ ਨਿਊਜ਼ ਸੁਣਦਾ ਕਿਸਾਨਾਂ ਦਾ ਜਦੋਂ ਤੋਂ ਮਸਲਾ ਚੱਲਿਆ ਮੈਂ 5-6 ਅਖਬਾਰਾਂ ਰੋਜ਼ ਪੜ੍ਹਦਾ ਵੀ ਆ ਤੇ ਸਾਰੀਆਂ ਨਿਊਜ਼ਾਂ ਸੁਣਦਾ ਮੈਂ ਹੈ ਵੀ ਵਿਹਲਾ ਹੀ ਆ ਮੈਂ ਕਿਹੜਾ ਹੁਣ ਦੀਵਾਨ ਲਾਉਣ ਜਾਂਦਾ ਮੈਂ ਸਾਰੇ ਨਿਊਜ਼ ਦੇਖਦਾ 4-5 ਘੰਟੇ ਵੀ ਮੈਂ ਕਈ ਵਾਰੀ ਅੱਜ ਕੱਲ੍ਹ ਦੇ ਦਿਨਾਂ ਵਿੱਚ ਵੇਖਦਾ ਵੀ ਕੀ ਹੋ ਰਿਹਾ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਤੇ ਮੀਡੀਏ ਦੀ ਜਿਹੜੀ ਸ਼ਰਾਰਤ ਹੈ ਨਾ ਉਹ ਇਦਾਂ ਦੀ ਹੈ ਵੀ ਰਿਹਾਨਾ ਉਹ ਮੀਡੀਏ ਦੀ ਖਬਰ ਦੇਣ ਦਾ ਪਤਾ ਕੀ ਲਿਖਣਾ ਬੋਲਣਾ ਚਾਹੀਦਾ ਫਲਾਣੀ ਔਰਤ ਗਾਇਕਾ ਆਈ ਕਿਸਾਨਾਂ ਦੇ ਹੱਕ 'ਚ ਇਹ ਹੈ ਖਬਰ ਨਿਊਜ਼ ਫਲਾਣਾ ਖਿਡਾਰੀ ਆਇਆ ਕਿਸਾਨਾਂ ਦੇ ਹੱਕ 'ਚ ਠੀਕ ਹੈ ਫਲਾਣਾ ਐਕਟਰ ਆਇਆ ਸਰਕਾਰ ਦੇ ਬਿੱਲਾਂ ਦੇ ਹੱਕ 'ਚ ਇਹ ਨਿਊਜ਼ ਹੈ ਪਰ ਉਹ ਨਿਊਜ਼ ਨਹੀਂ ਦਿੰਦੇ ਉਹ ਸਰਕਾਰ ਵਾਲੇ ਪਾਸੇ ਖੜ ਕੇ ਸਫਾਈਆਂ ਦਿੰਦੇ ਆ ਉਹ ਬੋਲੀ ਬੋਲਦੇ ਆ ਇਹ ਐ ਨਹੀਂ ਕਰਨਾ ਚਾਹੀਦਾ ਇਹਨੂੰ ਕੀ ਪਤਾ ਹੈ ਜਿਹੜਾ ਜਿਹੜੀ ਚੀਜ਼ ਬੋਲਣੀ ਚਾਹੀਦੀ ਹੈ ਕਿਸਾਨ ਆਗੂਆਂ ਦੇ ਪ੍ਰਵਕਤਾ ਨੇ ਜਿਹੜੀ ਬੋਲਣੀ ਮਾਫ ਕਰਨਾ ਜਿਹੜਾ ਸਰਕਾਰ ਦੇ ਪ੍ਰਵਕਤਾ ਨੇ ਬੋਲਣੀ ਹੈ ਉਹ ਬੋਲੀ ਨਿਊਜ਼ ਚੈਨਲ ਬੋਲਦੇ ਆ ਨਿਊਜ਼ਾਂ ਉਹ ਦਿੱਤੀਆਂ ਜਾਂਦੀਆਂ ਸਾਡਾ ਬ੍ਰੇਨ ਵਾਸ਼ ਕਰਨ ਲਈ ਪਰ ਮੈਂ ਤੁਹਾਨੂੰ ਕਹਿ ਦਿਆਂ ਜੇ ਵੱਡਾ ਮੀਡੀਆ ਇਦਾਂ ਦਾ ਹੈ ਤੇ ਛੋਟਾ ਵੀ ਇਦਾਂ ਦਾ ਹੀ ਹੈ ਜੇ ਸਾਨੂੰ ਲੱਗਦਾ ਵੀ ਇਹ ਐ ਨਹੀਂ ਹੋਣੇ ਚਾਹੀਦੇ ਨਿਰਪੱਖ ਹੋਣੇ ਚਾਹੀਦੇ ਆ ਸਾਡੇ ਵਾਲੇ ਵੀ ਪੱਖੀ ਨੇ ਇਹ ਨਿਰਪੱਖ ਨਹੀਂ ਉਹ ਅੱਜ ਉਹ ਜ਼ੋਰ ਵਿੱਚ ਨੇ ਅੱਜ ਉਹ ਆਪਣਾ ਪੂਰਾ ਜ਼ੋਰ ਲਾ ਰਹੇ ਆ ਤੇ ਜਿੱਦਣ ਸਾਡੇ ਵਾਲੇ ਜ਼ੋਰ 'ਚ ਹੁੰਦੇ ਆ ਸਾਡੇ ਵਾਲੇ ਪੂਰਾ ਜ਼ੋਰ ਲਾਉਂਦੇ ਆ ਵੱਡੀ ਧਿਰ ਦੇ ਹੱਕ 'ਚ ਭੁਗਤਦੇ ਆ ਸਾਰੇ ਉਹ ਅੱਜ ਸਾਡੇ ਤੇ ਚੜ ਕੇ ਆਉਂਦੇ ਆ ਜਿੱਦਣ ਇਹਨਾਂ ਦਾ ਵਾਹ ਚੱਲਦਾ ਹੈ ਇਹ ਮਾਫ ਕਰਨਾ ਕਹਿੰਦੇ ਉਹ ਗੋਦੀ ਬੈਠਾ ਹੈ ਗੋਦੀ ਮੀਡੀਆ ਮਾਫ ਕਰਨਾ ਉਹ ਕਿਸੇ ਹੋਰ ਗੋਦੀ 'ਚ ਬੈਠਾ ਹੈ ਸਾਡੇ ਵਾਲਾ ਮੀਡੀਆ ਕਿਸੇ ਹੋਰ ਗੋਦੀ 'ਚ ਬੈਠਾ ਹੈ ਬੈਠੇ ਸਾਰੇ ਗੋਦੀ 'ਚ ਨੇ ਇਹਨਾਂ ਦੀ ਗੋਦੀ ਕਿਸੇ ਹੋਰ ਦੀ ਹੋਣੀ ਹੈ ਕਿ ਨਹੀਂ ਤੇ ਇੱਕ ਹੋਰ ਨਾਲ ਵੀਰ ਨੇ ਕਵਿਤਾ ਬਣਾਈ ਸੀ ਇੱਕ ਤੇ ਮੈਂ ਉਹ ਕਵਿਤਾ ਚਾਹੁੰਦਾ ਮੈਂ ਪੜ੍ਹਦਿਆਂ ਕੋਈ ਵੀਰ ਹੈ ਗੁੰਨੋ ਢਿੱਲੋ ਨਾਂ ਹੈ ਉਹਦਾ ਉਹਨੇ ਕਵਿਤਾ ਬਣਾਈ ਸੀ ਤੇ ਮੈਂ ਚਾਹੁੰਦਾ ਕਿ ਮੈਂ ਥੋੜੀ ਜਿਹੀ ਪੜ੍ਹ ਦਿਆਂ ਲਓ ਪੜ੍ਹੀਏ ਨਾਲੇ ਇਹ ਮੈਂ ਸਾਰੇ ਵੀਰਾਂ ਵਾਸਤੇ ਕਿਸਾਨਾਂ ਨਾਲ ਜਿਹੜੇ ਤੁਰਦੇ ਆ ਉਹਨਾਂ ਸਾਰਿਆਂ ਲਈ ਕਿੱਡਾ ਵੱਡੀ ਗੱਲ ਕਹਿ ਗਿਆ ਸੀ ਬੰਦਾ ਉਧਰ ਆ ਰਿਹਾ ਨੇ ਕਿੱਲੇ ਕਿੱਲ ਲਾਏ ਹੋਏ ਸੀ ਤੇ ਦੂਜੇ ਪਾਸੇ ਵਾਲੇ ਕਹਿੰਦੇ ਅਸੀਂ ਫੁੱਲ ਲਾਣੇ ਤੁਸੀਂ ਸੂਏ ਲਾਓ
ਅਸੀਂ ਸੂਇਆਂ ਦੇ ਨਾਲ ਨਾਲ ਫੁੱਲ ਲਾਉਣਾ ਇਹ ਹੈ ਇਹ ਸਾਨੂੰ ਸਮਝਣਾ ਪੈਣਾ ਵੀ ਅਗਲੇ ਤੋਪਾਂ ਵਾਲੇ ਐ ਕੁਛ ਗਲਤ ਨਾ ਕਰ ਲਈਏ ਤਾਕਤ ਸਾਰੀ ਉਹਨਾਂ ਕੋਲ ਐ ਸੋਚ ਸਮਝ ਕੇ ਚੱਲੀਏ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਮੰਨਿਆ ਜਵਾਨੀ ਵਿੱਚ ਜੋਰ ਮਾਰਦਾ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਧਾਈਏ ਕਿਵੇਂ ਜੋਰ ਲੱਗਾ ਪਿਆ ਸਰਕਾਰ ਦਾ ਧਾਈਏ ਕਿਵੇਂ ਜੋਰ ਲੱਗਾ ਪਿਆ ਸਰਕਾਰ ਦਾ ਆਗੂਆਂ ਦਾ ਮੰਨ ਲਿਓ ਕਹਿਣਾ ਵੀਰ ਮੇਰੋ ਪਰ ਥੋੜਾ ਜਾਪ ਤੇ ਰਹਿਣਾ 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 ਵੀਰ ਮੇਰੋ ਥੋੜਾ ਜਾਪ ਦੇ ਹੋ ਅੱਤਵਾਦੀ ਵੱਖਵਾਦੀ ਕਹਿ ਕੇ ਚਾਹੁੰਦੇ ਭੰਡਣਾ ਅੱਤਵਾਦੀ ਵੱਖਵਾਦੀ ਕਹਿ ਕੇ ਚਾਹੁੰਦੇ ਭੰਡਣਾ ਹੋ ਧਰਮਾਂ ਤੇ ਜਾਤ ਦੇ ਨਾਵਾਂ ਤੇ ਵੀ ਵੰਡਣਾ ਧਰਮਾਂ ਤੇ ਜਾਤ ਦੇ ਨਾਵਾਂ ਤੇ ਵੀ ਵੰਡਣਾ ਬਹੁਤ ਕੁਝ ਪੈਣਾ ਅਜੇ ਸਹਿਣਾ ਵੀਰ ਮੇਰੋ ਬਹੁਤ ਕੁਝ ਪੈਣਾ ਅਜੇ ਸਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਆਪ ਵਿੱਚ ਵੜ ਕੇ ਉਹ ਆਪ ਨਾਰੇ ਲਾਉਣਗੇ ਆਪ ਵਿੱਚ ਵੜ ਕੇ ਉਹ ਆਪ ਨਾਰੇ ਲਾਉਣਗੇ ਤੀਲੀ ਲਾ ਕੇ ਡੱਬੂ ਕੁੱਤੇ ਕੰਨ ਉੱਤੇ ਹੋਣਗੇ ਤੀਲੀ ਲਾ ਕੇ ਡੱਬੂ ਕੁੱਤੇ ਕੰਨ ਉੱਤੇ ਹੋਣਗੇ ਅਕਲਾਂ ਤੋਂ ਕੰਮ ਅਕਲਾਂ ਤੋਂ ਕੰਮ ਥੋੜਾ ਲੈਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਅੱਜ ਲਿਖ ਲਿਓ ਅੱਜ ਦੀ ਗੱਲ ਨਹੀਂ ਪਹਿਲਾਂ ਵੀ ਜਦੋਂ ਨੁਕਸਾਨ ਹੋਇਆ ਵਿੱਚ ਵਾੜੇ ਨੇ ਅਗਲਿਆਂ ਨੇ ਬੰਦੇ ਵਿੱਚ ਵਾੜ ਕੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਹੋ ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ ਪਹਿਲੀ ਵਾਰੀ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ ਚਾਲਾਂ ਨੂੰ ਤਾਂ ਸਮਝਣਾ ਪੈਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਦੇ ਸ਼ਾਂਤ ਰਹਿ ਕੇ ਜਿੱਤਣੀ ਹੈ ਜੰਗ ਇੱਕ ਸਾਨੀ ਦੀ ਸ਼ਾਂਤ ਰਹਿ ਕੇ ਜਿੱਤਣੀ
ਕਿਸਾਨੀ ਦੀ ਦੇ ਦਿਓ ਨਾ ਖੁੱਲ ਪੰਗਾ ਲੈ ਕੇ ਮਨਮਾਨੀ ਦੀ ਦੇ ਦਿਓ ਨਾ ਖੁੱਲ ਪੰਗਾ ਲੈ ਕੇ ਮਨਮਾਨੀ ਦੀ ਦੇ ਦਿਓ ਨਾ ਖੁੱਲ ਪੰਗਾ ਲੈ ਕੇ ਮਨਮਾਨੀ ਦੀ ਮਨਮਾਨੀ ਦੀ ਵੱਜੇ ਨਾ ਪੰਜਾਬੀਆਂ ਨੂੰ ਮੇਣਾ ਵੀਰ ਮੇਰੋ ਵੱਜੇ ਨਾ ਪੰਜਾਬੀਆਂ ਨੂੰ ਮੇਣਾ ਵੀਰ ਮੇਰੋ ਪਰ ਥੋੜਾ ਚਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਚਾਪ ਦੇ ਰਹਿਣਾ ਵੀਰ ਮੇਰੋ ਪਰ ਥੋੜਾ ਚਾਪ ਪਰ ਥੋੜਾ ਜਾਪ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਵੀਰ ਮੇਰੋ ਪਰ ਥੋੜਾ ਜਾਪ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਰਹਿਣਾ ਵੀਰ ਮੇਰੋ ਪਰ ਥੋੜਾ ਜਾਪ ਪਰ ਥੋੜਾ ਜਾਪ ਤੇ ਰਹਿਣਾ ਵੀਰ ਮੇਰੇ ਮੰਨਿਆ ਜਵਾਨੀ ਵਾਲਾ ਜੋਸ਼ ਠਾਠਾ ਮਾਰਦਾ ਢਾਈਏ ਕਿਵੇਂ ਜ਼ੋਰ ਲੱਗਾ ਪਿਆ ਸਰਗਾਰਦਾ ਉਹ ਅਗਲਿਆਂ ਦਾ ਸਾਰਾ ਜ਼ੋਰ ਲੱਗਿਆ ਪਿਆ ਢਾਈਏ ਕਿਵੇਂ ਬਦਨਾਮ ਕਿਵੇਂ ਕਰੀਏ ਪਰ ਹੋਣਾ ਨਹੀਂ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਤੇ ਜਿਹੜੇ ਬੰਦੇ ਇਦਾਂ ਦੇ ਵਿੱਚ ਵੜਦੇ ਆ ਪਹਿਲੇ ਦਿਨ ਹੀ ਕਿਸਾਨਾਂ ਨੂੰ ਕਹਿਣਾ ਚਾਹੀਦਾ ਸੀ ਬਈ ਜੋ ਇੰਟਰਵਿਊ ਦੇਣਗੇ ਕਿਸਾਨ ਆਗੂ ਹੀ ਦੇਣਗੇ ਜਿਹੜੀ ਵੀ ਕੋਈ ਗੱਲ ਕਰਨੀ ਆ 32 ਬੰਦੇ ਬੈਠੇ ਆਗੂਆਂ ਦੇ ਜਥੇ ਹੋਰ ਨਹੀਂ ਕੋਈ ਬੋਲੇਗਾ ਕੋਈ ਹੱਕ ਨਹੀਂ ਸਾਥ ਦਿਓ ਜਿਹੜਾ ਦੇਣਾ ਪਿੱਛੇ ਬੈਠੋ ਫਿਰ ਗੱਲ ਬਣਨੀ ਹੈ ਪਰ ਹੁਣ ਕੀ ਹੋ ਰਿਹਾ ਹੁਣ ਕੁਝ ਉਧਰ ਤੇ ਕੁਝ ਉਧਰ ਆਲੇ ਦੁਆਲੇ ਵੇਖੋ ਨੈੱਟ ਤੇ ਰੌਲਾ ਪੈਂਦਾ ਇਹ ਕੁਝ ਚੱਲਦਾ ਨਾ ਤੇ ਬਾਕੀ ਰਹੀ ਗੱਲ ਜਿਹੜਾ ਸਾਡੇ ਮਨੁੱਖੀ ਅਧਿਕਾਰ ਹੈ ਹੱਕ ਹੈ ਨੈੱਟ ਬੰਦ ਕਰ ਦੇਣਾ ਜਿਹੜਾ ਬੰਦਾ ਵਿਰੁੱਧ ਬੋਲਦਾ ਉਹਦਾ ਯੂਟਿਊਬ ਤੋਂ ਗੀਤ ਉਡਾ ਦਿਓ ਇਹ ਨਹੀਂ ਨਾ ਹੁੰਦਾ ਹੱਕ ਸਭ ਨੂੰ ਹੈ ਭਾਵੇਂ ਵੇਖੋ ਇਹ ਗੱਲ ਠੀਕ ਹੈ ਅਸੀਂ ਕੋਈ ਵਾਇਲੈਂਸ ਵਾਲੀ ਗੱਲ ਨਾ ਕਰੀਏ ਕਿਸੇ ਨੂੰ ਮਰ ਜੋ ਮਾਰ ਦੇਵਾਂਗੇ ਇਦਾਂ ਦੀ ਚੀਜ਼ ਠੀਕ ਨਹੀਂ ਪਰ ਆਪਣਾ ਰੋਸ ਤੇ ਕੋਈ ਜੇ ਕੋਈ ਟਵੀਟ ਕਰਦਾ ਉਹਨੂੰ ਖਤਮ ਹੀ ਕਰ ਦਿਓ ਇਹ ਤੇ ਜੇ ਇਹ ਗਲਤ ਨੇ ਬੰਦੇ ਇਹਨੂੰ ਵੀ ਬੰਦ ਕਰ ਦਿਓ ਇਹ ਨਹੀਂ ਠੀਕ ਇਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਡੈਮੋਕ੍ਰੇਸੀ ਇਹਨੂੰ ਨਹੀਂ ਕਹਿੰਦੇ